ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕਮ, ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ, ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈਲ ਦਾ ਬਟਨ ਵੀ ਓਕੇ ਕਰੋ ਕਿ ਉਹ ਹਰ ਵੀਡੀਓ ਮੇਰੇ ਵੀਰਾਂ ਦੋਸਤਾਂ ਲਈ ਜਲਦੀ ਜਲਦੀ ਪਹੁੰਚ ਸਕੇ। ਦੋਸਤਾਂ ਲਈ ਇੱਕ ਅਨਮੋਲ ਹੀਰਾ ਲੈ ਕੇ ਆਇਆ, ਉਮੀਦ ਕਰਨਾ ਦੋਸਤਾਂ ਨੂੰ ਪਸੰਦ ਆਏਗਾ। ਮੇਰਾ ਕੈਮਰਾਮੈਨ ਦਿਖਾਉਂਦਾ, ਕੈਮਰਾਮੈਨ ਦਿਖਾਓ, ਤਸੱਲੀ ਕਰਾਓ। ਅੱਛਾ ਪੈੜੋ ਕੱਢ ਦੇ ਯਾਰ, ਇਹਨੂੰ ਹੁਣ ਬੰਨ ਦੇਣਾ ਨਾ ਯਾਰ, ਕੁੰਡੀ ਕੱਢ ਦੇ। ਹਾਂ ਮਾਸ਼ਾਅੱਲਾ ਜੀ, ਇੱਕ ਅਨਮੋਲ ਹੀਰਾ, ਖੂਬਸੂਰਤ ਛੋਟਾ ਛੋਟਾ ਸਿੰਘ, ਕੁੰਡਾ ਸਿੰਘ ਲੱਗਿਆ, ਕਾਲੀ ਸ਼ਾਹ ਝੋਟੀ, ਗਿੱਠ ਗਿੱਠ ਦੀ ਪਸ਼ਮ, ਬੜਾ ਮਾਸ਼ਾਅੱਲਾ ਪਿਆਰਾ ਥਣ ਲੱਗਿਆ, ਖੂਬਸੂਰਤ ਥਣ ਲੱਗਿਆ, ਮੁੱਠ ਮੁੱਠ ਦਾ ਥਣ ਲੱਗਿਆ, ਕੋਈ ਗੱਲ ਨਹੀਂ, ਡਰਦੀ ਹੈ। ਮਾਸ਼ਾਅੱਲਾ ਬੜਾ ਪਿਆਰਾ ਥਣ, ਦੇਖੋ ਕੋਈ ਗੱਲ ਨਹੀਂ, ਮੈਨੂੰ ਕੁਛ ਨਹੀਂ ਆਉਂਦੀ। ਦੇਖੋ ਮਾਸ਼ਾਅੱਲਾ ਸੋਹਣਾ ਥਣ ਲੱਗਿਆ, ਮੁੱਠ ਮੁੱਠ ਦਾ ਮੋਟਾ ਥਣ ਲੱਗਿਆ, ਬੜਾ ਖੂਬਸੂਰਤ ਵਾਹਨਾ ਚੰਗਾ ਮਾਜ ਕੋਲ, ਮਾਸ਼ਾਅੱਲਾ ਪਤਲੀ ਬਰੀਕ ਚਮੜੀ ਦੀ ਏ, ਚੰਗਾ ਪੁੱਠਾ, ਮਾਸ਼ਾਅੱਲਾ ਖੂਬਸੂਰਤ ਵਾਹਨਾ ਸੂਹ ਚੁੱਕੀ ਖੜਾ ਹੈ ਜੀ। ਦੇਖੋ ਸੋਹਣੇ ਥਣ, ਹਰ ਪਾਸੋਂ ਖੂਬਸੂਰਤ। ਇੱਕ ਵਾਰੀ ਛੱਡੀ ਯਾਰ, ਖੋਲ੍ਹ ਤੇ ਦਿਖਾ, ਪਰਾਂ ਲੈ ਚੱਲ ਕੱਟੀ ਦੇ। ਪਤਲੀ ਪੂਛ, ਪਿਓ ਨੀਲੀ ਦਾ ਦਾਣਾ ਹੈ, ਦੋਸਤਾਂ ਲਈ ਲੈ ਕੇ ਆਏ ਹਾਂ। ਮਾਸ਼ਾਅੱਲਾ ਬੜੀ ਖੂਬਸੂਰਤ, ਛੱਡ ਦੇ, ਕਿਧਰੇ ਨਹੀਂ ਜਾਂਦੀ, ਤੂੰ ਤਾਂ ਛੱਡ ਦੇ। ਹੈਂ ਮਾਸ਼ਾਅੱਲਾ ਦੇਖੋ ਜੱਤ ਕਿੰਨੀ ਕਿੰਨੀ ਝੋਟੀ ਦੇ, ਪਿਓ ਨੀਲੀ ਦੀ ਝੋਟੀ ਹੈ, ਖੂਬਸੂਰਤ ਮਾਸ਼ਾਅੱਲਾ, ਵੱਖੀ ਬਿਲਕੁਲ ਨਹੀਂ ਹੈਗੀ, ਵਾਹਨਾ ਚੰਗਾ ਹੈ, ਮਾਸ਼ਾਅੱਲਾ ਖੂਬਸੂਰਤ ਹੈ, ਥੋੜ੍ਹੀ ਜਿਹੀ ਡਰ ਰਹੀ ਹੈ ਕਿਉਂਕਿ ਡੇਰੇ 'ਤੇ ਖੜੀ ਹੈ, ਕਿਉਂਕਿ ਬੰਦੇ ਇੱਥੇ ਆਉਂਦੇ ਆਉਂਦੇ ਨਹੀਂ, ਇਸ ਵਜ੍ਹਾ ਤੋਂ ਡਰ ਰਹੀ ਹੈ। ਵੇਖੋ ਉਂਝ ਸੀਲ ਬਿਲਕੁਲ ਮਾਸ਼ਾਅੱਲਾ, ਮਗਰ ਵੀ ਕੱਟੀ ਹੈ, ਮਾਸ਼ਾਅੱਲਾ ਬੜੀ ਖੂਬਸੂਰਤ ਹੈ। ਵੇਖੋ ਜੀ ਉਂਝ ਸੀਲ ਹੈ, ਮੈਂ ਹੱਥ ਲਾ ਰਿਹਾ ਤਾਂ ਦੇਖੋ ਬਿਲਕੁਲ ਸੀਲ ਹੈ, ਥੋੜ੍ਹੀ ਜਿਹੀ ਡਰ ਰਹੀ ਹੈ, ਕੋਈ ਮਸਲਾ ਨਹੀਂ, ਜਾਨਵਰ ਡਰਦਾ ਹੁੰਦਾ। ਦੂਸਰਾ ਸੁਬਹ ਸੋਹਣਾ, ਛਮਕ ਰੰਗੀ ਪੂਛ ਹੈ, ਬੰਨ ਦੇ। ਛੱਡ ਦੇ ਯਾਰ, ਤੂੰ ਭਰਾ ਜਾ, ਛੱਡ ਦੇ, ਮੂੰਹ ਫੜਾ ਲੈਂਦੀ ਹੈ। ਲੈ ਜੀ ਬੜੀ ਸੀਲ ਹੈ, ਦੇਖੋ ਮਾਸ਼ਾਅੱਲਾ ਮੂੰਹ ਤੋਂ ਜਵਾਨ ਹੈ ਜੀ, ਛਿੱਗੀ ਹੈ, ਹੈਂ ਛਿੱਗੀ ਹੈ, ਮੂੰਹ ਤੋਂ ਛਿੱਗੀ ਹੈ ਜੀ, ਬੜੀ ਖੂਬਸੂਰਤ ਹੈ, ਚੰਗਾ ਘਰ ਦੇ। ਦੇਖੋ ਮਾਸ਼ਾਅੱਲਾ ਸੋਹਣੀ ਦੁੰਬੇ ਰੰਗੀ ਝੋਟੀ ਹੈ, ਮਾਸ਼ਾਅੱਲਾ। ਇੱਧਰ ਆ, ਸਲਾਮ ਅਲੈਕੁਮ। ਅੱਛਾ ਭਾਈ ਜਾਨ, ਕੀ ਹਾਲ ਚਾਲ ਹੈ? ਠੀਕ ਹੋ? ਇਹ ਕਿੰਨਾ ਸੁਬਹ ਹੈ ਝੋਟੀ? ਦੂਜਾ ਸੁਬਹ, ਹੁਣ ਸੂਈ, ਦੂਸਰਾ ਸੁਬਹ ਸੂਈ। ਪਹਿਲੇ ਸੁਬਹ ਦਾ ਕਿੰਨਾ ਦੁੱਧ ਦਿੰਦੀ ਰਹੀ ਹੈ? 7 ਕਿਲੋ ਇੱਕ ਟਾਈਮ ਦਾ। 14 ਕਿਲੋ ਦਿੰਦੀ ਰਹੀ? ਘਰ ਦੀ ਝੋਟੀ ਕਿ ਵਪਾਰ ਦੀ? ਉਸ ਮੱਝ ਦੀ, ਬਿਲਕੁਲ ਮੱਝ ਦੀ ਗਈ ਹੈ, ਮੱਝ ਦੇਖ ਲਓ। ਅੱਛਾ ਭਾਈ ਜਾਨ, ਮਗਰ ਵੀ ਕੱਟੀ ਜਾਂਦੇ, ਸੂਈ ਨੂੰ ਕਿੰਨਾ ਦਿਨ ਹੋ ਗਿਆ? ਪਰਸੋਂ ਸੂਈ ਹੈ, ਪਰਸੋਂ ਸੂਈ ਹੈ, 25 ਤਰੀਕ। ਇਸ ਟਾਈਮ ਬੋਲਾ ਕਿੰਨਾ ਹੈ? 5 ਕਿਲੋ ਇੱਕ ਟਾਈਮ ਮੈਨੂੰ ਛਕਾ ਕੇ, 5 ਕਿਲੋ ਬੱਚੇ ਨੂੰ ਕਿੰਨਾ ਤਸੱਲੀ, ਦੋ ਟਾਈਮ ਚੋਣਾ ਹੈ ਅਸੀਂ, ਤਸੱਲੀ ਯਾਰ, ਉਹ ਤਾਂ ਹਜੇ ਕੱਚੀ ਖੜੀ ਕੋਈ ਸ਼ਾਇਦ ਮੈਨੂੰ ਖਵਾਈ ਨਹੀਂ ਹਲੇ। 5 ਕਿਲੋ 10 ਕਿਲੋ ਦੁੱਧ ਚਵਾ ਦੇਗਾ, ਪਿਛਲੇ ਥਣਾਂ ਦਾ 8 ਕਿਲੋ ਚਵਾ ਦੇਗਾ ਯਾਰ, ਵੱਧ ਵੀ ਸਕਦਾ ਹੈ, ਵੱਧ ਵੀ ਸਕਦਾ, ਬੰਦਾ ਸਿੱਧਾ ਹੈ ਜੀ ਦੋਸਤੋ, ਇਹਦੇ ਕੋਈ ਸ਼ੱਕ ਨਹੀਂ ਹੈਗਾ, ਘੱਟ ਵੀ ਸਕਦਾ ਕੁਝ, ਇਹਦੇ ਹੁਣ ਕਿਹੜਾ ਵੀ ਮੈਂ ਤੋਲ ਕੇ ਪਾਣਾ। ਅੱਛਾ 10-12 ਲੀਟਰ ਹੈਗਾ ਸਾਰਾ ਦੁੱਧ, ਹੈ ਦੋ ਟਾਈਮਾਂ ਦਾ। ਅੱਛਾ ਇਹਦੀ ਫਾਈਨਲ ਡਿਮਾਂਡ ਕੀ? ਫਾਈਨਲ
ਫੈਂਡਰ ਮੈਂ ਤਾਂ ਅੱਗੇ 3.5 ਲੱਖ ਵੀ ਮੰਗਿਆ, 3.5 ਲੱਖ ਅੱਛਾ ਐਂਡ ਕਰਦੇ ਅਖੀਰ ਮੈਂ 3 ਤੇ ਆ ਕੇ ਬ੍ਰੇਕ ਲਾ ਲਈ ਵੀ 3 ਤੋਂ ਘੱਟ ਮੈਂ ਨਹੀਂ ਦੇਣਾ। 3 ਤੇ ਬ੍ਰੇਕ ਭਰਾ ਜੇ ਅਗਰ ਤੁਸੀਂ ਕਹਿੰਦੇ ਜੇ ਕੋਈ 5-7 ਚਲੋ ਕੋਈ ਬੈਠਾ ਉੱਤਾ ਕਰ ਲਾਂਗੇ। ਅੱਛਾ 3 ਤੇ ਬ੍ਰੇਕ ਲਾ ਲਈ, ਸਾਡੇ 3 ਮੰਗਦਾ ਰਿਹਾ, ਸਾਡੇ ਇੰਨੀ ਦੀਦ ਕੀਤੀ ਪਹਿਲਾਂ ਹੀ ਇਹ ਗੱਲ ਕਰਦਾ ਕਿ ਤੁਸੀਂ ਤਿਲਕ ਵਾਲੇ ਬੰਦੇ ਆ ਤੇ ਚਲੋ ਵੀ ਇਹ ਆਖਿਆ ਵੀ ਚਲੋ ਇਲਾਕੇ ਦੇ ਆ ਤੇ ਪਹਿਲੀ ਦਫ਼ਾ ਭਰਾ। ਅੱਛਾ 3 ਚੋਂ ਤੁਸੀਂ 10-5 ਛੱਡ ਦਿਆ ਯਾਰ, ਇਹ ਹੀ ਹੋ ਸਕਦਾ ਵੀ ਹੁਣ ਆਖੋ ਵੀ ਠੀਕ ਹੈ, 2-3 ਅੱਗੇ ਮੁੱਲ ਲੱਗੇ ਆ ਮੈਨੂੰ ਨਗਦ ਰੁਪਈਆਂ ਵਾਲੇ। ਅੱਛਾ ਨਗਦ ਪੈਸੇ ਲੈ ਤੇ ਚੱਕ, ਮੈਂ ਕਿਹਾ ਨਹੀਂ ਮੈਂ ਨਹੀਂ ਦੇਣੀ। ਅੱਛਾ ਇਹਦੇ 'ਚ ਹੋਰ ਕੋਈ ਪਿਆਰ ਮੁਹੱਬਤ ਥੋੜ੍ਹਾ ਬਹੁਤਾ ਕਿਰਾਇਆ ਪਾੜਾ ਹੋਇਆ? ਇਹੋ ਹੀ ਹੋਣਾ, ਹੁਣ ਮੈਂ ਹੁਣ ਤੁਹਾਨੂੰ ਸਾਰੀ ਦੇ ਜਾਣਾ ਰਿਹਾ। ਲਓ ਜੀ ਦੋਸਤੋ, 10-15 ਹਜ਼ਾਰ ਰੁਪਇਆ 3 'ਚੋਂ ਛੁੱਟ ਜਾਏਗਾ। ਕਿਸੇ ਵੀਰ ਦੋਸਤ ਨੂੰ ਚਾਹੀਦੀ ਹੋਵੇ, ਮੇਰਾ ਫੋਨ ਨੰਬਰ 0344-6976, ਵਟਸਐਪ ਈਮੇਲ ਦੇ ਬਣੀ ਝੋਟੀ, ਬੜੀ ਨਸਲ ਜ਼ਾਤ ਵਾਲੀ ਹੈ, ਘਰੇਲੂ ਝੋਟੀ ਹੈ ਅਤੇ ਚੰਗੀ ਮਾਸ਼ਾਅੱਲਾ ਤਰੀਫ ਅੱਲਾ ਦੀ ਹੁੰਦੀ ਹੈ, ਲੇਕਿਨ ਝੋਟੀ ਮਾਸ਼ਾਅੱਲਾ ਚੰਗੀ ਹੈ, ਦੁੱਧ ਕਰੇ ਜੀ 14-15 ਲੀਟਰ ਇਨਸ਼ਾਅੱਲਾ ਦੁੱਧ ਦੇਣਾ ਚਾਹੀਦਾ ਇਹਨੂੰ, ਝੋਟੀ ਮਾਸ਼ਾਅੱਲਾ ਬੜੀ ਸੀਲ ਹੈ। ਦੇਖੋ ਸਿਰਫ ਡਰ ਰਹੀ ਹੈ, ਦੇਖੋ ਮੈਂ ਹੱਥ ਲਾ ਰਿਹਾ, ਕੋਈ ਦੋਸਤ ਕਵੇ ਨਹੀਂ ਯਾਰ ਇਹ ਤਾਂ ਮਾਰਦੀ ਸੀ, ਨਹੀਂ ਇਹ ਸੀਲ ਝੋਟੀ ਹੈ, ਦੇਖੋ ਬਿਲਕੁਲ ਝੋਟੀ ਜਾਨਵਰ ਪਿਆਰ ਦਾ, ਅਤੇ ਥੋੜ੍ਹੀ ਜਿਹੀ ਬੰਦੇ ਨਹੀਂ ਆਉਂਦੇ ਡੇਰੇ 'ਤੇ, ਇਸ ਵਜ੍ਹਾ ਥੋੜ੍ਹੀ ਜਿਹੀ ਕਰ ਰਹੀ ਹੈ। ਜਾਜ ਦਿਓ ਮਿਲਣੇ ਅੱਛੀ ਵੀਡੀਓ ਨਾਲ, ਪਾਕਿਸਤਾਨ ਜ਼ਿੰਦਾਬਾਦ।